ਤੇ ਹਾਂਜੀ ਦੋਸਤੋ ਦੇਖੇ ਕਿ ਹੜੇ ਵੀ ਪਿਛਲੀ ਵੀਡੀਓ ਦੇ ਵਿੱਚ ਜਿੱਦਾਂ ਮੈਂ ਪਲਾਈਏ ਤੇ ਗਿਆ ਮੇਰੇ ਤਾਂ ਭੱਪੜ ਪੈ ਗਏ ਯਾਰ ਲੜ ਲੜ ਕੇ ਤੇ ਹੁਣ ਮੈਂ ਚੱਲਾਂ ਬੈਣੀਧਰ ਦੀ ਖਿੱਚ ਲਈ ਤਿਆਰੀ ਬੈਣੀਧਰ ਦੀ ਸਿਰਫ 15 ਕਿਲੋਮੀਟਰ ਰਹਿ ਗਿਆ ਹੋਰ ਅਤੇ ਲਗਭਗ ਤੁਹਾਨੂੰ ਮੈਂ 17 ਮਿੰਟ ਹੋਰ ਲੱਗਣੇ ਮੈਨੂੰ ਬੈਣੀਧਰ ਨੂੰ ਜਾਂਦੇ ਜਿੱਥੇ ਮੈਂ ਹੋਟਲ ਬੁੱਕ ਕੀਤਾ ਹੋਇਆ ਆ ਇੱਕ ਹੋਟਲ ਦੇ ਵਿੱਚ ਪਲਾਈਆ ਸਾਰਾ ਕੁਛ ਜਿੰਮ ਜੁੰਮ ਫੈਮਿਲੀ ਪੂਲ ਬਣਿਆ ਪਿਆ ਘੈਂਟ ਪਲਾਈਆ ਬੁੱਕ ਕੀਤਾ ਆਪਾਂ ਵਧੀਆ ਮਿਲ ਗਿਆ ਤੁਹਾਨੂੰ ਪਤਾ ਹੁਣ ਟੂਰਿਸਟ ਘੱਟ ਆ ਅਤੇ ਸਸਤੇ ਰੇਟ ਡਿੱਗੇ ਪਏ ਆ ਸਿਆਲਾਂ 'ਚ ਰੇਟ ਘੱਟ ਜਾਂਦੇ ਉਹ ਤਾਂ ਹਲੇ ਇੱਥੇ ਫਿਰ ਵੀ ਗਰਮੀ ਆ ਜਿੱਥੇ ਆਪਾਂ ਪਹਿਲਾਂ ਬਾਹਰ ਸੁਣਨਾ ਵਾਲ ਉੱਧਰ ਹਲੇ ਫਿਰ ਵੀ ਠੰਡ ਹੈਗੀ ਆ ਸੰਤਰੇ ਦਾ ਟਰੱਕ ਮੋਹਰੇ ਜਾ ਰਿਹਾ ਕਿਉਂਕਿ ਸੰਤਰੇ ਦਾ ਟਾਈਮ ਇਸ ਟਾਈਮ 'ਤੇ ਤੁਹਾਨੂੰ ਪਤਾ ਬਲਾਂਸੀ ਵਾਲੀ ਕਾਂਤੇ ਵੱਲ ਹੈਗਾ ਕੰਮ ਸੰਤਰਿਆਂ ਦਾ ਸੰਤਰਿਆਂ ਤਾਂ ਖੇਤਾਂ ਦਾ ਹੀ ਆ ਤੁਹਾਨੂੰ ਪਤਾ ਮੁਰਸ਼ਾ ਉੱਦਾਂ ਵੀ ਕੰਮ ਖੇਤਾਂ ਦਾ ਹੀ ਲਚੂਕਾ ਇੱਥੇ ਮੈਂ ਸੋਚਿਆ ਸੀ ਮੈਂ ਵੀਡੀਓ ਕਰੂੰਗਾ ਖੇਤਾਂ 'ਚ ਕੰਮ ਕਿੱਦਾਂ ਕਰਦੇ ਲੋਕ ਪਰ ਮੈਂ ਬਿਜ਼ੀ ਬਹੁਤ ਹੋ ਗਿਆ ਇਕਦਮ ਤੁਹਾਨੂੰ ਪਤਾ ਵਿਆਹ 'ਤੇ ਇਸ ਕਰਕੇ ਸਾਰਾ ਕੁਛ ਇੰਨਾ ਸ਼ਡਿਊਲ ਮੇਰਾ ਜ਼ਿਆਦਾ ਬਿਜ਼ੀ ਹੋ ਗਿਆ ਆਹ ਬਿਲਡਿੰਗ ਆ ਜਿੱਥੇ ਹੋਟਲ ਆ ਅਤੇ ਮੇਰੇ ਤਾਂ ਇਹਨੇ ਗੇੜੇ ਕੱਢ ਕੱਢ ਕੇ ਬੁਰਾ ਹਾਲ ਕਰਤਾ ਮੈਂ ਇੱਥੇ ਮੈਪ 'ਤੇ ਦਿਖਾਉਂਦਾ ਸੀ ਕਿ ਥੱਲੇ ਆ ਪਰ ਥੱਲੇ ਨੂੰ ਜਾਣਾ ਪੈਂਦਾ ਇਸ ਕਰਕੇ ਮੈਂ 3-4 ਦੋਂਦੇ ਗੱਡੇ 3-4 ਫਿਰ ਹਾਰ ਕੇ ਮੈਂ ਗੱਡੀ ਪਾਰਕਿੰਗ ਰਾਹੀ ਦਾ ਫਿਰ ਮੈਂ ਪੁੱਛਿਆ ਯਾਰ ਪੁੱਛੀ ਲੈਂਦਾ ਕਿਸੇ ਤੋਂ ਕਿਉਂਕਿ ਇੱਦਾਂ ਗੇੜੇ 'ਤੇ ਕੱਢ ਕੱਢ ਕੇ ਇੱਥੇ ਹੀ ਘੁੰਮ ਜਾਣਾ ਹੈ ਨਾ ਅਤੇ ਹੁਣ ਮੈਂ ਜਾਣਾ ਹੋਟਲ ਬਹੁਤ ਵੱਡੀ ਹੋਟਲ ਆ ਇੱਥੇ ਵੀ ਵੱਡੀਆਂ ਵੱਡੀਆਂ ਬਿਲਡਿੰਗਾਂ ਦੇਖ ਸਕਦੇ ਪੂਰੀ ਵੀਡੀਓ 'ਚ ਨਹੀਂ ਆਉਂਦੀ ਵੀ ਇੱਦਾਂ ਇੱਥੇ ਵੱਡੀ ਵੱਡੀ ਹੋਟਲ ਆ ਅਤੇ ਹੁਣ ਮੈਂ ਅੰਦਰ ਜਾਣਾ ਮੈਂ ਇਹਨੂੰ ਕਿਹਾ ਮਸਕਰੀ ਜਾਣੀ ਪਰ ਮੈਂ ਦੇਖੀ ਡਿੱਗੀ 'ਚ ਪਈ ਹੁੰਦੀ ਇੱਕ ਅੱਧੀ ਪਈ ਹੁੰਦੀ ਆਪਣੇ ਮਸਕਰੀ ਤਾਂ ਬਿਨਾਂ ਐਂਟਰ ਨਹੀਂ ਕਰ ਸਕਦੇ ਮੈਂ ਕਿਹਾ ਨਾਲੇ ਸਿਰਫ ਦੇਖ ਲਵਾਂ ਹੁਣ ਮੇਰੇ ਕੇ ਬੁਕਿੰਗ ਸਾਰਾ ਕੁਝ ਸੈਟ ਕਰਕੇ ਆਇਆ ਗੱਡੀ ਲੈ ਕੇ ਪਾਰਕਿੰਗ ਕਰਨੀ ਪਾਰਕਿੰਗ ਕੋਲ ਆਪਣੀ ਹੈਗੀ ਆ ਤਾਂ ਮੈਂ ਲੋਕੇਸ਼ਨ ਪਾ ਦੂੰਗਾ ਜੇ ਤੁਸੀਂ ਇੱਥੇ ਆਉਣਾ ਚਾਹੁੰਦੇ ਆ ਉਹ ਸਸਾ ਟਿਕਾਊ ਆ ਤਾਂ ਬੈਸਟ ਆ ਯਾਰ ਬਾਕੀ ਵੀ ਦੇਖਣ ਦਾ ਜਿਹੜਾ ਵਿਊ ਆ ਜ਼ਿਆਦਾ ਉੱਪਰ ਚੜ੍ਹੀ ਜਾਣਾ ਮਹਿੰਗਾ ਹੋਈ ਜਾਣਾ ਥੱਲੇ ਜਾਈ ਜਾਣਾ ਤਾਂ ਜਾ ਸਸਤਾ ਹੋਈ ਜਾਣਾ ਤੁਹਾਨੂੰ ਪਤਾ ਜਿੱਦਾਂ ਇਹ ਹਿਸਾਬ ਕਿਤਾਬ ਇਸ ਤੋਂ ਬਾਅਦ ਮੈਂ ਆਪਣੀ ਸੈਟਿੰਗ ਕਰਦਾ ਉਹਦੇ 4 ਚੀਜ਼ਾਂ ਲਾਉਣਾ 2-1 ਘੰਟਾ ਰੈਸਟ ਕਰਕੇ ਫਿਰ ਮੈਂ ਤੁਰਦਾ ਉਦੋਂ ਵੱਡੀ ਬਿਲਡਿੰਗ ਵੱਲ ਸਾਰੀ ਬਿਲਡਿੰਗ ਘੁੰਮਾਉਣਾ ਇੱਕ ਦਿਨ ਹੈਗਾ ਮੈਂ ਫਿਰ ਰਹਿਣਾ ਕੱਲ੍ਹ ਸਵੇਰ ਨੂੰ ਜਾਣਾ ਅਤੇ ਪੂਰਾ ਦਿਨ ਫੰਕਸ਼ਨ ਕਰਦੇ ਹਾਂ ਆਪਾਂ ਨਾਲੇ ਮੈਂ ਵੀ ਕੱਪੜੇ ਚੇਂਜ ਕਰ ਲਵਾਂ ਮੈਂ ਯਾਰ ਸਵੇਰ ਦੇ ਹੀ ਪਾਏ ਆ ਥੋੜ੍ਹਾ ਜਿਹਾ ਹਲਕਾ ਜਿਹਾ ਹੋ ਜਾਵਾਂ ਹੈ ਨਾ ਨਾਲੇ ਨਹਾ ਨੂਹ ਲਈਏ ਸ਼ਾਇਦ ਇਹੀ ਪਾਉਣੇ ਪੈ ਜਾਣ ਨਹਾ ਕੇ ਵੀ ਹੋਟਲ 'ਚ ਤਾਂ ਪਹੁੰਚ ਚੁੱਕੇ ਹਾਂ ਪਹੁੰਚਦੇ ਬੜਾ ਘੁਮਾਇਆ ਹੋਟਲ ਨੇ ਯਾਰ ਦਿਮਾਗ ਬੜਾ ਖਰਾਬ ਕੀਤਾ ਆਖਿਰ ਪਹੁੰਚ ਗਿਆ ਰੂਮ ਦੇ ਵਿੱਚ ਇੱਥੇ ਹੈਗਾ ਸਿਰਫ 2-2 ਰੂਮ ਆ ਇੱਕ ਪਲਾਂਤੇ ਦੇ ਇੱਕ ਇੱਧਰ ਰੂਮ ਹੈਗਾ ਅਤੇ ਫਿਰ ਉੱਧਰ ਰੂਮ ਆ ਮਤਲਬ ਲਗਾਤਾਰ ਇਕੱਠੇ ਰੂਮ ਆ ਜੇ ਤੂੰ ਜਾਊਂਗੇ ਤਾਂ ਲੱਗ ਜੂਗਾ ਪਤਾ ਮੇਰੇ ਪਿੱਛੇ ਵਿਊ ਚੈੱਕ ਕਰ ਸਕਦੇ ਘੈਂਟ ਘੈਂਟ ਪੂਰੀ ਮੰਜ਼ਿਲ ਆ ਜਿੱਥੇ ਮੈਂ ਜਾਣਾ ਆ ਮਿਸਾਂ ਨਾ ਪਤਾ ਨਹੀਂ ਕਿੱਥੇ ਆ ਇਹਦੇ ਪਿੱਛੇ ਪਿੱਛੇ ਉਹ ਕਿਤੇ ਦੂਰ ਨੇੜੇ ਆ ਪਤਾ ਨਹੀਂ ਕਿੱਥੇ ਸ਼ਾਮ ਨੂੰ ਦੇਖਦਾ ਮੈਂ ਇੱਥੇ ਤਾਂ ਆਇਆ ਹਾਂ ਇਹਦੇ ਮੈਂ ਦੱਸ ਦਿੰਦਾ ਕਿੱਦਾਂ ਤੁਸੀਂ ਜਿੱਥੇ ਆਉਂਗੇ ਹੋਟਲ 'ਤੇ ਤੁਹਾਡੇ ਹਿਸਾਬ ਕਿਤਾਬ ਕੀ ਹੋਊਗਾ ਇੰਤਰਾ ਦਾ ਜਦੋਂ ਤੁਸੀਂ ਸਵੇਰ ਜਦੋਂ ਮਰਜ਼ੀ ਕਰ ਸਕਦੇ ਤੁਹਾਡੇ ਹਿਸਾਬ ਨਾਲ ਅਤੇ ਜੇ ਤੁਸੀਂ ਇੱਥੇ 1 ਮਿੰਟ 10:30 ਵਜੇ ਸਵੇਰ ਮੈਂ ਨਿਕਲਣਾ ਆ ਉੱਦਾਂ ਵੀ ਮੈਂ 9 ਵਜੇ ਤੁਰ ਪੈਣਾ ਸੀ ਪਰ ਉਹ ਕਹਿੰਦਾ 10 ਵਜੇ ਤੂੰ ਨਿਕਲ ਸਕਦਾ ਆ 10 ਵਜੇ ਤੋਂ ਬਾਅਦ ਜੇ ਤੂੰ ਰਹਿਣਾ ਚਾਹੁੰਦਾ ਆ ਫਿਰ ਤੈਨੂੰ ਦੇਣੇ ਪੈਣੇ 40 ਯੂਰੋ ਵੱਧ ਉਹ ਲਗਭਗ 3 ਵਜੇ ਤੱਕ ਰਹਿ ਸਕਦਾ 7 ਵਜੇ ਤੱਕ ਰਹਿ ਸਕਦਾ 40 ਯੂਰੋ ਵੱਧ ਦੇਣੇ ਪੈਣੇ ਆ ਅਤੇ ਜੇ ਤੂੰ ਚਾਹੁੰਦਾ ਆ ਤੈਨੂੰ 150 ਰੁਪਇਆ ਰੱਖਣਾ ਪੈਣਾ ਇਹਨਾਂ ਕੋਲ ਮਤਲਬ ਜ਼ਿੰਮੇਵਾਰੀ ਕੀ ਐਵੇਂ ਕੋਈ ਸ਼ਰਾਰਤ ਕਰੇ ਜਾਂ ਕੁਛ ਵੀ ਕਰੇ ਉਹ ਫਿਰ ਇੱਦਾਂ ਤੇਰੇ ਰੱਖਣਾ ਤੈਨੂੰ ਵਾਪਸ ਕਰ ਦੇਣਾ ਸਵੇਰ ਨੂੰ ਜਦੋਂ ਤੂੰ ਜਾਣਾ ਆ ਅਤੇ ਨਾਲੇ ਜਦੋਂ ਤੂੰ 10:30 ਸੀਗਾ ਨਾ ਉਲਟੀਮੋ ਟਾਈਮ ਆ 10:30 ਤੋਂ ਬਾਅਦ 1 ਮਿੰਟ ਵੀ ਤੂੰ ਵੱਧ ਰਹੇ ਆ ਉਹ ਤੇਰੇ 40 ਯੂਰੋ ਤੂੰ ਜਿਹੜੇ ਜਮ੍ਹਾਂ 150 ਯੂਰੋ ਜਿਹੜੇ ਜਮ੍ਹਾਂ ਕੀਤਾ ਹੋਣਾ ਤੂੰ ਤੇਰੇ ਉਹ ਕੱਟ ਦੇਣੇ ਆ 40 ਯੂਰੋ ਸਿਰਫ ਤੇਰੇ ਕੋਲ ਵਾਪਸ ਕਰਨੇ ਆ 110 ਯੂਰੋ ਇਸ ਕਰਕੇ ਤੁਸੀਂ ਵੀ ਜਦੋਂ ਆਉਣਾ ਇਹ ਆਪਣੇ ਰੂਲ ਹੁੰਦੇ ਇਹਨਾਂ ਦੇ ਹਿਸਾਬ ਕਿਤਾਬ ਆ ਪਤਾ ਨਹੀਂ ਮੈਂ ਪਹਿਲੀ ਵਾਰ ਸੁਣਿਆ ਜਦੋਂ ਵੀ ਮੈਂ ਜਾਂਦਾ ਉੱਦਾਂ ਮੈਂ ਇਹਨਾਂ ਦਾ ਟਾਈਮ ਦੇਖਿਆ ਨਹੀਂ
ਇਹ ਰੂਲ ਹੁੰਦੇ ਇਹਨਾਂ ਦੇ, ਤੁਸੀਂ ਆਉਂਦੇ 150 ਰੁਪਏ ਤੁਹਾਨੂੰ ਰੱਖਣਾ ਪੈਂਦਾ ਆ। ਪਰ ਇੱਥੇ ਤੁਹਾਨੂੰ ਮੈਂ ਦਿਖਾ ਦਿੰਦਾ ਹੋਟਲਾਂ ਦੇ ਵਿੱਚ, ਜਿੱਦਾਂ ਇੱਥੇ ਰਸੋਈ ਵੀ ਨਾਲ ਹੀ ਆ, ਸਾਰਾ ਕੁਛ ਨਾਲ ਹੀ ਆ, ਦਿਖਾਉਣਾ ਤੁਹਾਨੂੰ ਉਹ ਵੀ ਕੀ ਸਕਦਾ ਵਾ, ਕਿਉਂਕਿ ਹੋਟਲਾਂ ਦੇ ਵਿੱਚ ਨੋਰਮਲ ਇਹ ਚੀਜ਼ਾਂ ਨਹੀਂ ਹੁੰਦੀਆਂ, ਕਿਉਂਕਿ ਇਹ ਇੱਕ ਤਾਂ ਬਣਾਇਆ ਹੋਊਗਾ। ਬਾਕੀ ਵਿਊ ਬਹੁਤ ਘੈਂਟ ਆ, ਬਹੁਤ ਘੈਂਟ ਸਿਰਾ ਯਾਰ ਵਿਊ, ਤੁਸੀਂ ਦੇਖ ਸਕਦੇ ਆਪ ਦੇਖੋ ਵਿਊ ਮੇਰੇ ਮਗਰ ਕਿੱਦਾਂ, ਸਾਰੀ ਸੀਨਰੀ ਦੀਦੀ ਪਈ ਆ, ਇੱਥੋਂ ਲੈ ਕੇ ਐਂਡ ਤੱਕ ਸਾਰੀ ਸੀਨਰੀ ਦੀਦੀ ਪਈ ਆ। ਹੁਣ ਮੈਂ ਇੱਥੇ ਰੈਸਟ ਕਰਕੇ ਨਹਾ ਨਹੂ ਕੇ ਜਾਊਂਗਾ, ਤੁਹਾਨੂੰ ਨਾਲ ਵੱਡੀ ਜਿਹੜੀ ਬਿਲਡਿੰਗ ਆ ਉਹ ਵੀ ਦਿਖਾਉਂਦੇ, ਨਾਲੇ ਘੁਮਾਉਂਦੇ, ਨਾਲੇ ਸ਼ਹਿਰ ਵੀ ਨਾ ਨੂੰ ਕਿ ਉਹੀ ਕੱਪੜੇ ਪਾ ਲਏ। ਹੁਣ ਮੈਂ ਚੱਲਾਂ ਬਾਹਰ ਕਿਤੇ ਘੁੰਮਣ, ਰਾਤ ਹੋ ਗਈ 7:08 ਵਜ ਚੁੱਕੇ ਆ, ਨੇੜੇ ਤੇੜੇ 8 ਵਜੇ ਦਾ ਟਾਈਮ ਆ ਗਿਆ, ਅਤੇ ਵਿਊ ਤਾਂ ਬਹੁਤ ਘੈਂਟ ਆ। ਬਾਕੀ ਸਵੇਰ ਨੂੰ ਘੁੰਮਾਉਣਾ, ਅਤੇ ਸਵੇਰ ਨੂੰ ਘੁੰਮਾਉਣਾ ਚਾਹੁੰਦਾ ਮੈਂ, ਕਿਉਂਕਿ ਹੁਣ ਤਾਂ ਹਨੇਰਾ ਹੋ ਚੁੱਕਿਆ, ਖਾਣ ਪੀਣ ਦਾ ਲੱਭਦੇ ਕੁਛ ਖਾਣ ਪੀਣ ਨੂੰ, ਵਧੀਆ ਹੋ ਗਿਆ ਥੋੜ੍ਹਾ ਪਲੈਨ ਹੋ ਗਿਆ ਥੋੜ੍ਹਾ ਚੇਂਜ, ਅਤੇ ਹੁਣ ਮੈਂ ਚੱਲਾਂ ਖਾਣ ਸਿੱਧਾ। ਜਿੱਥੇ ਮੈਂ ਜਾਣਾ ਸੀ ਘੁੰਮਣ ਉੱਥੇ 20 ਮਿੰਟ ਲੱਗਣੇ ਸੀ, ਹਨੇਰਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਪਿੱਛੇ, ਹੈ ਨਾ, ਉੱਥੇ ਮੈਂ ਕੀ ਦਿਖਾਉਣਾ ਤੁਹਾਨੂੰ, ਸਵੇਰ ਨੂੰ ਦਿਖਾਵਾਂਗੇ, ਸਵੇਰ ਨੂੰ ਛੇਤੀ ਉੱਠ ਕੇ ਅਰਲੀ। ਅਤੇ ਗੱਡੀ ਮੈਂ ਪਾਰਕਿੰਗ ਲਾਤੀ, ਪਰ ਮੈਨੂੰ ਹਾਲੇ ਤੈਨੂੰ ਮੀਂਹ ਦੋ, ਮੈਂ ਗੱਡੀ ਪਾਰਕਿੰਗ ਸਹੀ ਲਾਈ ਹੈ ਕਿ ਗਲਤ ਲਾਈ ਮੈਨੂੰ ਹਾਲੇ ਪਤਾ ਨਹੀਂ ਆ। ਅਤੇ ਬਾਕੀ ਹੁਣ ਚਲਾ ਇੰਡੀਆ ਰੈਸਟੋਰੈਂਟ, ਤਾਂ ਇੱਕ ਹੈਗਾ ਅੱਗੇ ਮੈਨੂੰ ਦਿਖਾਉਂਦਾ, ਜਿਹੜਾ ਨੈੱਟ 'ਤੇ ਮੈਨੂੰ ਲੱਭਿਆ ਮੈਂ ਓਕੇ ਕਰਤਾ, ਮੈਨੂੰ ਭੁੱਖ ਬਹੁਤ ਲੱਗੀ, ਮੈਂ ਖਾ ਪੀ ਲਈਏ। ਬਾਕੀ ਨਾਲੇ ਹੈਵੀ ਪਲੇਅਰ ਦੇ ਕੋਲ ਆ, ਇੱਕ ਬੈਨੀਫਿਟ ਇਹ ਆ ਮੈਨੂੰ, ਬਾਕੀ ਬਹੁਤ ਜਗ੍ਹਾ ਬੰਦ ਹੋ ਚੁੱਕੀਆਂ ਕਰੋਨਾ ਕਰਕੇ, ਤਾਂ ਬੰਦ ਹੋ ਕੇ ਤੁਹਾਨੂੰ ਪਤਾ ਕਿ ਜਿਹਨੂੰ ਸਮਝ ਸਕਦੇ ਹਾਂ ਕਿ ਕਰੋਨਾ ਕਰਕੇ ਨੋਰਮਲ ਗਾਹਕ ਨਹੀਂ ਆਉਂਦੇ ਪਏ, ਟੂਰਿਸਟ ਨਹੀਂ ਆ ਰਿਹਾ, ਅਤੇ ਉਹਦੇ ਨੋਰਮਲ ਬੰਦ ਹੋ ਜਾਂਦੇ ਆ। ਅਤੇ ਹੁਣ ਮੈਂ ਚੱਲਾਂ, ਅਤੇ ਪਿਛਲੀ ਪਿਛਲੀ ਸਾਈਡ 'ਤੇ ਮੇਰੇ ਪਲਾਈ ਆਇਆ, ਪਲਾਈ ਦੇਖ ਸਕਦੇ ਹਾਂ, ਬਰਗਰ ਕਿੰਗ ਸਾਰਾ ਕੁਛ ਹੈਗਾ ਇੱਥੇ। ਥੋੜ੍ਹਾ ਜਿਹਾ ਤੁਹਾਨੂੰ ਮੈਂ ਇਹਦਾ ਇਤਿਹਾਸ ਕੀ ਹੈ ਬੈਣੀ ਦੌਰ ਹੁੰਦਾ, ਤੁਹਾਨੂੰ ਮੈਂ ਕੱਲ੍ਹ ਦੱਸੂੰਗਾ, ਕੱਲ੍ਹ ਵਾਲੀ ਵੀਡੀਓ ਦੇ ਵਿੱਚ, ਅੱਜ ਵਾਲੀ ਵੀਡੀਓ 'ਚ ਦੱਸਦਾ ਫਿਰ ਫਾਇਦਾ ਕੀ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇਖਣ ਦਾ, ਹੈ ਨਾ, ਅਤੇ ਉਹ ਦੱਸੂੰਗਾ ਕਿਉਂ ਐਕਸਪੈਂਸਿਵ ਆ, ਕਿੱਥੇ ਜਗ੍ਹਾ 'ਤੇ ਐਕਸਪੈਂਸਿਵ ਆ, ਕਿੱਥੇ ਨਹੀਂ ਐਕਸਪੈਂਸਿਵ, ਕਿਹੜੀ ਜਗ੍ਹਾ 'ਤੇ ਆਉਣ ਦਾ ਫਾਇਦਾ, ਅਤੇ ਕਿੱਥੇ ਕਿਤੇ ਘੁੰਮਣ ਦਾ ਫਾਇਦਾ, ਉਹ ਤੁਹਾਨੂੰ ਮੈਂ ਕੱਲ੍ਹ ਦੱਸੂੰਗਾ। ਅਤੇ ਟੂਰਿਸਟ ਐਤਕੀ ਬਹੁਤ ਘੱਟ ਆਇਆ ਆ, ਬਾਕੀ ਮੈਨੂੰ ਤਾਂ ਟੈਨਸ਼ਨ ਆ ਕਿ ਗੱਡੀ, ਮੈਂ ਪਾਰਕਿੰਗ ਸਹੀ ਲਾਈ ਆ, ਬਟ ਪਤਾ ਨਹੀਂ ਉੱਥੇ ਸਟਿੱਕਰ ਥੱਲੇ ਲੱਗੇ ਹੋਏ ਸੀ ਕਿਸੇ ਦੀ ਚੱਕੀਆਂ ਹੋਈਆਂ ਸੀ ਗੱਡੀਆਂ, ਕਿਸੇ ਸਹੀ ਆ ਕਿ ਨਹੀਂ ਪਤਾ ਨਹੀਂ। ਬਾਕੀ ਉੱਥੇ ਇੱਕ ਦੱਸਦਾ ਪਿਆ ਮੈਪ ਮੇਰਾ ਰੈਸਟੋਰੈਂਟ, ਕਿ ਨਿਆਣਿਆਂ ਦਾ ਯਾਰ ਖੇਡਣ ਖੁੱਡਣ ਦਾ ਵੀ ਸਾਈਡ 'ਤੇ ਬਣਾਇਆ, ਪੱਕਾ ਹੀ ਬਣਾਇਆ, ਜਿੱਦਾਂ ਆਪਣੇ ਲੱਗਦੇ ਪਿੰਡਾਂ 'ਚ ਮੇਲੇ, ਇੱਥੇ ਪਿੰਡਾਂ 'ਚ ਮੇਲੇ ਨਹੀਂ ਲੱਗਦੇ, ਇੱਥੇ ਸਾਦੇ ਲੱਗੇ ਰਹਿੰਦੇ ਆ, ਜਿੱਦਾਂ ਆਪਣੇ, ਹੈ ਨਾ, ਇਸ ਕਰਕੇ ਇੱਥੇ ਥੋੜ੍ਹਾ ਰੱਖਾਂ ਇਹਨੂੰ, ਜ਼ਿਆਦਾ ਹੀ ਕਲੋਜ਼ ਆ ਜਾਂਦਾ ਮੇਰੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ। ਮੈਂ ਆਪਣਾ ਜਿੱਦਾਂ ਪੂਰੇ ਡਰੋਨ ਦੇ ਸ਼ੋਟ ਲੈਣ ਦੀ ਕੋਸ਼ਿਸ਼ ਕੀਤੀ, ਪਰ ਰੇਂਜ ਘੱਟ ਹੋ ਜਾਂਦੀ, ਤੁਹਾਨੂੰ ਪਤਾ ਜਿਹੜਾ ਡਰੋਨ ਮੇਰੇ ਕੋਲ ਆ, ਮਿੰਨੀ ਮਿੰਨੀ 2 ਪਤਾ ਕਿਹੜਾ ਆ, ਇਹਦਾ ਚੱਕਰ ਇਹ ਆ ਜਿੱਥੇ ਬੀਫੀ ਜ਼ਿਆਦਾ ਹੁੰਦੀ ਉੱਥੇ ਚੱਲਦਾ ਨਹੀਂ ਸਹੀ ਤਰ੍ਹਾਂ, ਅਤੇ ਜਿਹੜਾ ਦੂਜਾ ਆ ਉਹਦੀ ਪਰਮਿਸ਼ਨ ਲੈਣੀ ਪੈਂਦੀ ਆ, ਜਿਹੜਾ ਤੋਂ ਵੱਡਾ ਆ,
चक्कर ये पैंता तो बनो फिर भी मैं चला गुजारे जोग करी जाना रहना तो क्योंकि ये आले दुआले सिग्नल की फिर फड़न घट हो रेंज घट होने लगन सिग्नल बहुत ज़्यादा पै जाते फिर मैं हूँ चला कर दूँ मैं तो लगन कुछ इस दिन तो क्योंकि तुम पता फिर डिस्कोटेक आप जाना है ना तुम की दिखाना जोड़ा मेन मेन जगह हम पलाइए तो हाँ इतनी बह सकते रेस्टोरेंट भी खुले आ अपना इंजॉयमेंट कर सकते हैं तो हूँ मैं जाऊँगा घर में जो कि रैसट करता ना मैं दो दिन तीन दिन हो गया रैसट नहीं की चंकी तरह मैं सौ भी जाना है ना मैं ब्लॉग एडिट करने वाले आ जोड़ा अज का कल का वह भी करने वाले आ भी करूँगे जाके तो फिर नवे नवे ब्लॉग भी करेंगे जी तुम वीडियो वधिया लगी लाइक शेयर कमेंट कर दो सबसक्राइब कर दो इंस्टाग्राम से फॉलो कर लो जो तुम्हें पता ही हरेक वीडियो मैं कहना ही हूँ बार बार कहने का मौका ना दिया करो तुम आप समझदार हाँ ठीक है तो मिलते हैं नैक्सट वीडियो के तहत इतने एक बुढ़ी की डैथ हो गई वो किदा हुई नैक्सट वीडियो